नमस्कार दोस्तों, मैं नीलम डोगरा आप सभी का स्वागत करती हूँ अपने चैनल पर। दोस्तों, आज मैं हूँ कोटा में। यहाँ पर छिंझ का आयोजन किया गया है। तो ये देखें आप किस तरह से यहाँ पर कुश्ती की गई है, बहुत ब्यूटीफुल नज़ारा। तो आप सभी मेरे वीडियो के माध्यम से बने रहे मेरे ब्लॉग में, मेरे वीडियो में देखते रहें छिंझ घर बैठे। तो दोस्तों देखते रहिए लास्ट तक, बहुत प्यारी प्यारी कुश्ती है, तो बने रहें। हिंदुस्तान या स्कट में इलाना बन के शुरू हो गया, बाल भैया हो गया, चार जी तो बहुत बढ़िया बढ़िया पैर बांटे रहे साढ़े को पंच रहे शुरू हो चुके हैं। अपनी कुश्ती का प्रदर्शन खाने के बीच में दिखा करो लाई और बहुत बढ़िया पैर बन साढ़े को आ गया इरफान जम्मू इनाल पहुंच गया कोहली भाई कोबरा कोबरा जम्मू भले भले बाए कोबरा ए आओ आ गया कोबरा ना स्टेट गन भी ले गया आया जी वाह पी वाह हिंदुस्तान दे और अनुशंभू ये सभी पांच बार का तैयार रहे हैं भाई जो तैयार है संदीप उन्ना
ਤਾੜੀ ਦੀ। ਇਹ ਮੁੰਡਾ ਬਹੁਤ ਵਧੀਆ ਪਹਿਲਵਾਨ ਸਾਡੇ ਕੋਲ ਆ ਗਿਆ, ਨਾਲ ਜੋਬਨ ਅਜਨਾ ਆ ਜੋਬਨ ਦੌੜ ਕੇ ਆ ਜੋ ਨਾ ਖਾਲੇ ਪਾਸ ਦੇ ਸਵਾਮੀ ਨਾਰੇ ਤਾੜੀ। ਆ ਵੀ ਮੁੰਡਾ ਬਹੁਤ ਵਧੀਆ ਆ ਗਿਆ, ਇਹ ਕੌਣ ਆਇਆ? ਜਗਦੀਪ ਪੱਟੀ ਆ ਜਗਦੀਪ ਖਰੇ ਪਾਸ਼ਾ ਨੂੰ ਸਲਾਮੀ। ਆ ਜਵਾਨਾ ਦੌੜ ਗਿਆ, ਕਰਾਓ ਇੱਕ ਇੰਟਰੋਡਕਸ਼ਨ, ਕਰਾਓ ਤੇ ਕੌਣ ਆ ਗਿਆ? ਹਾਏ 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 ਮਾਰੋ ਤਾੜੀ, ਚਮਕੌਰ ਪਹਿਲਵਾਨ ਹੱਲਾ ਵੀ ਆ ਗਿਆ, ਚੱਕ ਦੇ ਤਰੀ ਲਾ ਦੇ ਟਗਾ ਹੇ
ਰੂਪ ਸਾਡੇ ਵਿਕਾਸਕਾਰੀ ਸਾਡੇ ਵਿੱਚ ਆ ਚੁੱਕੇ ਨੇ ਜੀ ਆਇਆਂ ਨੂੰ ਆਖਦੇ ਹਾਂ ਵੈਲਕਮ ਕਰਦੇ ਹਾਂ ਨਾਲ ਸਾਡੇ ਐਸ ਸੀ ਐਮ ਸਾਹਿਬ ਸ਼ਿਵਾਜ ਜੀ ਸਾਡੇ ਨਾਲ ਤੋਂ ਇਸੇ ਤੌਰ ਦੇ ਬੰਦੇ ਵਿੱਚ ਰੱਖਦੇ ਹਨ ਸਾਡਾ ਕਨਾਰ ਮਹਿਲ ਸ਼ੁਰੂ ਕਮੇਟੀ ਬਣੀ ਹੋਈ ਹੈ ਕਮਲ ਜੀ ਗੋਗੇ ਨਾਲ ਸਾਡੇ ਬਹੁਤ ਹੀ ਸਰਦਾਰ ਜੀ ਦੇ ਸਾਹਿਬ
ਕੁਸ਼ਤੀ ਪ੍ਰੇਮੀ ਨੋਟ ਕਰ ਲਓ, 17 ਮਾਰਚ ਨੂੰ ਬਹੁਤ ਵੱਡਾ ਜੰਗਲ ਹੋਣ ਜਾ ਰਿਹਾ ਜੀ ਤਾਲ ਦੀ ਧਰਤੀ ਨੂੰ, ਜਿਸ ਦੇ ਵਿੱਚ ਹਿੰਦੁਸਤਾਨ ਦੇ ਟਾਵਰੇ ਵੱਲ ਪਹੁੰਚ ਰਹੇ ਆ ਤੇ ਨਾਲ ਫੌਰਨ ਦੇ ਪਹਿਲਵਾਨ ਵੀ ਪਹੁੰਚ ਰਹੇ ਆ। ਅਸੀਂ ਸਿੱਧੀਆਂ ਮਾਲੀਆਂ ਹੋਣੀਆਂ ਹਿੰਦੁਸਤਾਨ ਦੇ ਟੋਪ ਦੇ ਮਲਾਂ ਦੀਆਂ, ਦੋ ਮਾਲੀਆਂ ਹੋਣੀਆਂ, ਇੱਕ ਅੰਡਰ 19 ਜਿਹੜੀ ਹਿਮਾਚਲ ਦੇ ਆਹ
ਹੈ ਜੀ।
ਜਗਦੀਪ ਭੱਟੀ ਤਿਆਰ ਹੋ ਗਏ ਵਿਨੋਦ ਚੰਡੀਗੜ੍ਹ ਅੰਸਲ ਜੰਮੂ ਇਹ ਬਿਲਕੁਲ ਆਪਣੇ ਆਪ ਨੂੰ ਤਿਆਰ ਕਰ ਲੈਣ
ਲੱਗੀਆਂ ਹੋਈਆਂ ਨੇ ਸਾਡੇ
ਦੱਸੋ ਲਾਲ ਇਹ ਕੁਸ਼ਤੀ ਪ੍ਰੇਮੀਓ ਆ ਜਿਹੜੀ ਕੁਸ਼ਤੀ ਹੋਣ ਲੱਗੀ ਹੈ ਉਹ ਵੀ ਛੋਟੀ ਮਾਰੀ ਦਾ ਪ੍ਰੀ ਕੁਆਟਰ ਫਾਈਨਲ ਹੈ ਜਿਹੜਾ ਪਹਿਲਵਾਨ ਜੇਤੂ ਹੋਵੇਗਾ ਅਗਲੇ ਰਾਊਂਡ ਦੇ ਵਿੱਚ ਪ੍ਰਵੇਸ਼ ਕਰੇਗਾ ਇੱਕ ਵਾਰ ਹੱਥ ਖੜੇ ਕਰ ਦਿਓ ਆਲਮ ਪਹਿਲਵਾਨ ਅੰਮ੍ਰਿਤਸਰ ਦੇ ਨਾਲ ਓਮਕਾਰ ਚੰਮਰ
ਸਾਰੇ ਪਹਿਲਵਾਨ ਨੋਟ ਕਰੇ ਜੀ ਅਖਾੜੇ ਵਿੱਚ ਲਗੋਟਿਆਂ ਵਾਲਾ ਭਾਈ ਹਰ ਜਿਸ ਪਹਿਲਵਾਨ ਨੂੰ ਲਗੋਟੇ ਚਾਹੀਦੇ ਹੋਣ ਉਹਨਾਂ ਕੋਲ ਨਵੇਂ ਲਗੋਟੇ ਲੈ ਸਕਦੇ ਇਹ ਮੁੰਡਾ ਵਾਲਾ ਪੁੱਛ ਰਿਹਾ ਅਖਾੜੇ ਵਿੱਚ ਲਗੋਟੇ ਚਾਹੀਦੇ ਹੋਣ ਉਹਨਾਂ ਕੋਲ ਨਵੇਂ ਲਗੋਟ
9 ਮਾਰਚ ਨੂੰ ਪਰੇਡੀ ਦੇ ਪਾਸ ਸਗਰੀ ਵੱਡਾ ਡੰਡਰ ਹੋ ਜਾ ਰਿਹਾ ਤੇ ਨਾਲ 10 ਮਾਰਚ ਨੂੰ ਮੁਹਾਰਵਾ ਦੀ ਧਰਤੀ ਦੇ ਵੱਡਾ ਡੰਡਰ ਹੋ ਜਾ ਰਿਹਾ ਜੱਟੂ ਜੀ ਰਣਵੀਰ ਜੰਮੂ ਸੁਰਜੀਤ ਸੁਰਜੀਤ ਪਹਿਲਵਾਨ ਜੀ ਆਪ ਬਹੁਤ ਲੇਟ ਹੋ ਸਮਾਨੇ ਬੋਲਦੇ ਨੀ ਗਏ ਇਕੱਲੀ ਬਸਤੀ ਕਿੰਨੀ ਕਰਾਉਂ ਤੇ ਮੰਦਰ ਹਰਿਆਣਾ ਚਲੋ ਜੀ
ਵੱਧ ਮਾਰ ਕਰੋ ਪਰਿਵਾਰ ਦੇ ਵਿੱਚ।